ਕਿਸਾਨ ਬੁੱਧ ਸਿੰਘ ਕੋਟਲੀ ਸੂਰਤਮੱਲੀ ਤੇ ਕਾਂਗਰਸ ਕਮੇਟੀ ਦੇ ਬਲਾਕ ਪ੍ਰਧਾਨ ਸੁਰਿੰਦਰ ਸਿੰਘ ਪਮਰਾ ਦੇ ਪੁੱਤਰ ਹਰਦੇਵ ਸਿੰਘ ਗੋਲਡੀ ਪਮਰਾ ਨੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ। ਜਦੋਂ ਇਸ ਦੌਰਾਨ ਗੋਲਡੀ ਪਮਰਾ ਕਿਸਾਨ ਬੁੱਧ ਸਿੰਘ ਨੂੰ ਮਾਰ ਰਿਹਾ ਸੀ ਤਾਂ ਉਸੇ ਟਾਈਮ ਬਟਾਲਾ ਸਿਵਲ ਦੇ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਰੰਧਾਵਾ ਕੋਟਲੀ ਸੂਰਤ ਸਿੰਘ ਮੱਲੀ ਰੋਡ ਤੋਂ ਆਪਣੀ ਪੁਲਿਸ ਟੀਮ ਸਮੇਤ ਧਿਆਨਪੁਰ ਜਾ ਰਹੇ ਸਨ ਤਾਂ ਉਹ ਝਗੜਾ ਹੁੰਦਾ ਵੇਖ ਬਜ਼ੁਰਗ ਕਿਸਾਨ ਬੁੱਧ ਸਿੰਘ ਕੋਟਲੀ ਨੂੰ ਛੁਡਵਾਉਣ ਲਈ ਅੱਗੇ ਆਏ ਤਾਂ ਕਾਂਗਰਸੀ ਲੀਡਰ ਗੋਲਡੀ ਪਮਰਾ ਨੇ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਰੰਧਾਵਾ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਰੰਧਾਵਾ ਵੀ ਕਾਫੀ ਜ਼ਖਮੀ ਹੋਏ। ਇਸ ਦੌਰਾਨ ਗੋਲਡੀ ਪਮਰਾ ਨੇ ਕਿਸਾਨ ਬੁੱਧ ਸਿੰਘ ਦੀ ਪੱਗ ਦੀ ਵੀ ਬੇਅਦਬੀ ਕੀਤੀ ਹੈ ਅਤੇ ਭੱਦੀ ਸ਼ਬਦਾਵਲੀ ਬੋਲੀ ਹੈ। ਇਹ ਝਗੜਾ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਬੁੱਧ ਸਿੰਘ ਦੇ ਘਰ ਤੋਂ ਕਰਜ਼ਾ ਮੁਆਫ਼ ਕਰਨ ਦੀ ਸ਼ੁਰੂਆਤ ਕੀਤੀ ਸੀ ਪਰ ਕਾਂਗਰਸ ਸਰਕਾਰ ਨੇ ਬੁੱਧ ਸਿੰਘ ਕਿਸਾਨ ਦਾ ਕਰਜ਼ਾ ਮੁਆਫ਼ ਨਹੀਂ ਕੀਤਾ। ਪਰ ਹੋਇਆ ਇਸ ਦੇ ਉਲਟ ਕਿ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਯੂਥ ਅਕਾਲੀ ਦਲ ਦੀ ਗੁਰਦਾਸਪੁਰ ਟੀਮ ਵੱਲੋਂ ਦਿੱਤਾ ਗਿਆ ਅਤੇ ਕਿਸਾਨ ਬੁੱਧ ਸਿੰਘ ਅਕਾਲੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਨੂੰ ਲੈ ਕੇ ਇਹ ਜਾਨਲੇਵਾ ਹਮਲਾ ਕੀਤਾ ਗਿਆ। ਨਿਕਲ ਜਾਣਾ ਹੈ ਨਾ।